ਅੱਜ ਅਸੀਂ ਜੀ ਖੰਨੇ ਜਾ ਰਹੇ ਸੀਗੇ, ਰਸਤੇ ਵਿੱਚ ਅਸੀਂ 2 ਟੋਲ ਆਲਰੇਡੀ ਪੇ ਕਰਕੇ ਆਏ ਸੀਗੇ, ਤੀਸਰਾ ਟੋਲ ਸਾਡਾ ਧੂਰੀ ਦਾ ਟੋਲ ਸੀਗਾ। ਮੈਂ ਟੋਲ 'ਤੇ ਪਹੁੰਚ ਗਿਆ ਸੀਗਾ, ਪਰ ਨਾਲ ਦੀ ਨਾਲ ਮੇਰੇ ਧਿਆਨ ਵਿੱਚ ਆਇਆ, ਮੈਂ ਇੱਕ ਨੈੱਟ 'ਤੇ ਵੀਡੀਓ ਦੇਖੀ ਸੀ ਜਿੱਥੇ ਇੱਥੋਂ ਦਾ ਜਿਹੜੇ MLA ਨੇ ਗੋਲਡੀ, ਉਹਨਾਂ ਨੇ ਇੱਕ ਉਪਰਾਲਾ ਕਰਿਆ ਹੋਇਆ ਸੀਗਾ ਕਿ ਟੋਲ ਦੇ ਬਿਲਕੁਲ ਪੈਰਲਰ ਇੱਕ ਹੋਰ ਸੜਕ ਬਣਾਈ ਹੋਈ ਹੈ, ਜੋ ਕਿ ਲੋਕਾਂ ਵਾਸਤੇ, ਇੱਥੋਂ ਦੇ ਲੋਕਲ ਵਸਨੀਕਾਂ ਵਾਸਤੇ ਜਾਂ ਆਉਣ ਜਾਣ ਵਾਲਿਆਂ ਵਾਸਤੇ ਬਹੁਤ ਵਧੀਆ ਚੀਜ਼ ਹੈ। ਅੱਜ ਮੇਰੇ 75 ਰੁਪਏ ਬਚੇ, ਗੱਲ 75 ਰੁਪਈਆਂ ਦੀ ਨਹੀਂ ਹੈ, ਬਸ ਗੱਲ ਉਪਰਾਲੇ ਦੀ ਹੈ, ਕਿੰਨਾ ਵਧੀਆ MLA ਨੇ ਉਪਰਾਲਾ ਕੀਤਾ ਹੈ ਇੱਥੋਂ ਦੇ ਆਮ ਲੋਕਾਂ ਵਾਸਤੇ, ਉਹਨਾਂ ਨੂੰ ਕਿੰਨਾ ਬੈਨੀਫਿਟ ਮਿਲ ਰਿਹਾ ਹੈ। ਇੱਥੋਂ ਦੇ ਨੇੜਲੇ ਲੋਕ ਜਿਹੜੇ ਕਿ ਸਵੇਰੇ ਕੰਮ ਜਾ ਕੇ ਜਾਂ ਵਾਪਸ ਆਉਂਦੇ ਨੇ, ਉਹਨਾਂ ਨੂੰ 50-55 ਰੁਪਈਏ ਡੇਲੀ ਵਾਂਗ ਪੇ ਕਰਨੇ ਪੈਂਦੇ ਨੇ। ਬਟ ਸਲਿਊਟ ਹੈ ਇਹੋ ਜਿਹੇ MLAs ਨੂੰ ਜਿਹਨੇ ਇੰਨਾ ਵਧੀਆ ਉਪਰਾਲਾ ਕੀਤਾ।